ਪੰਜਾਬ ਨੇ ਕਈ ਸਿਆਸੀ ਬਦਲਾਅ ਵੇਖੇ, ਨਵੀਆਂ ਪਾਰਟੀਆਂ ਖੜੀਆਂ ਹੁੰਦੀਆਂ ਵੇਖੀਆਂ ਤੇ ਪੁਰਾਣੀਆਂ ਪਾਰਟੀਆਂ ਸੱਤਾ ਚੋਂ ਬਾਹਰ ਜਾਂਦੀਆਂ ਵੀ ਵੇਖੀਆਂ। ਇਹਨਾਂ ਹਾਲਾਤਾਂ ਦੇ ਵਿੱਚ ਇੱਕ ਹੋਰ ਨਾਮ ਸਾਹਮਣੇ ਆਇਆ, ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ। ਦਾਅਵਾ ਕੀਤਾ ਜਾ ਰਿਹਾ ਕਿ ਇਸ ਨੂੰ ਨੌਜਵਾਨਾਂ ਨੂੰ ਨਾਲ ਲੈ ਕੇ ਇਹ ਇੱਕ ਨਵੀਂ ਸੋਚ ਦੇ ਨਾਲ ਰਾਜਨੀਤੀ ਦੇ ਵਿੱਚ ਐਂਟਰੀ ਜਿਹੜੀ ਹੈ ਕਰਨ ਜਾ ਰਹੇ ਨੇ। ਸੁਖਦੇਵ ਸਿੰਘ ਜਿਹੜੇ ਇਸ ਮਿਸ਼ਨ ਨੂੰ ਲੈ ਕੇ ਚੱਲੇ ਨੇ, ਆਖਿਰ ਮਕਸਦ ਕੀ ਹੈ, ਕੀ ਏਜੰਡਾ ਰਹਿਣ ਵਾਲਾ? ਪੰਜਾਬ ਜਿਸ ਨੇ ਅਨੇਕਾਂ ਵਾਰ ਸੱਤਾ ਬਦਲਦੀ ਵੇਖੀ, ਉਸ ਦੇ ਵਿੱਚ ਕੀ ਨਵਾਂ ਕਰਨ ਦੀ ਖੁਆਇਸ਼ ਜਾਂ ਫਿਰ ਮਕਸਦ ਸੁਖਦੇਵ ਸਿੰਘ ਹੋਰਾਂ ਦਾ? ਸੁਖਦੇਵ ਜੀ, ਸਭ ਤੋਂ ਪਹਿਲਾਂ ਕੀ ਹੈ ਇਹ ਸਾਡਾ ਪੰਜਾਬ ਸਾਂਝਾ ਪੰਜਾਬ? ਇਹ ਪੰਜਾਬ ਤੇ ਪੰਜਾਬੀਅਤ ਹੈ ਜੀ, ਸਾਡਾ ਪੰਜਾਬ ਸਾਂਝਾ ਪੰਜਾਬ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਕਿਸੇ ਜ਼ਾਤ ਦੀ, ਕਿਸੇ ਧਰਮ ਦੀ, ਕਿਸੇ ਖਿੱਤੇ ਦੀ ਪਾਰਟੀ ਨਹੀਂ, ਇਹ ਪੰਜਾਬ ਤੇ ਪੰਜਾਬੀਅਤ ਦੀ ਪਾਰਟੀ, ਜਿਹੜਾ ਕਿ ਪੰਜਾਬ ਨੂੰ ਇੱਕਮੁੱਠ ਹੋਣ ਦੀ ਤੇ ਇੱਕਮੁੱਠ ਹੋ ਕੇ ਤੁਰਨ ਦੀ ਅਪੀਲ ਕਰਦੀ ਹੈ। ਅੱਛਾ, ਐਸੇ ਕੀ ਹਾਲਾਤ ਪੈਦਾ ਹੋਏ ਕਿ ਤੁਸੀਂ ਸਾਡਾ ਪੰਜਾਬ ਸਾਂਝਾ ਪੰਜਾਬ ਨਾਂ ਦੀ ਪਾਰਟੀ ਜਿਹੜੀ ਹੈ ਉਹ ਸ਼ੁਰੂ ਕਰਨ ਦੀ ਜਿਹੜੀ ਹੈਗੀ ਹੈ ਪਲੈਨਿੰਗ ਕੀਤੀ? ਕੀ ਹਾਲਾਤ ਤੁਹਾਨੂੰ ਲੱਗੇ, ਕਿਉਂ ਜ਼ਰੂਰਤ ਮਹਿਸੂਸ ਹੋਈ? ਨਹੀਂ ਜੀ, ਪਾਰਟੀਆਂ ਡੈਫੀਨੇਟਲੀ ਹੋਰ ਵੀ, ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਹੋਰ ਵੀ ਕਾਫੀ ਪਾਰਟੀ ਪੰਜਾਬ ਦੇ ਵਿੱਚ ਨੇ, ਪਰ ਮੌਜੂਦਾ ਜਿਹੜੀਆਂ ਸਾਡੀਆਂ ਏਜੰਸੀਆਂ ਪੰਜਾਬ ਨੂੰ ਤੋੜਨ ਦੀ, ਜ਼ਾਤ ਪਾਤ ਊਚ ਨੀਚ ਦੁਬਾਰਾ ਇੱਕ ਦੂਜੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਨੂੰ ਦੁਬਾਰਾ ਜ਼ਾਤਾਂ ਦੇ ਨਾਂ ਤੇ ਵੰਡਿਆ ਜਾਂਦਾ ਆ। ਪੰਜਾਬ ਦੀ ਜੇ ਦੁਨੀਆਂ ਦੀ ਕਿਤੇ ਮਿਸਾਲ ਆ ਕਿ ਵਟ ਇਜ਼ ਅ ਮੀਨਿੰਗ ਆਫ ਪੰਜਾਬ, ਤੇ ਦੈਟ ਇਜ਼ ਕਾਲਡ ਅ ਭਾਈਚਾਰਾ। ਕਿਤੇ ਨਾ ਕਿਤੇ ਉਸ ਭਾਈਚਾਰੇ ਨੂੰ, ਉਸ ਪੰਜਾਬ ਦੀ ਪਹਿਚਾਣ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਸਾਰੀਆਂ ਪਾਰਟੀਆਂ ਵਾਲੇ ਕਹਿੰਦੇ ਆ ਕਿ ਦੂਜੀ ਵਾਲੇ ਇਹ ਕਰ ਰਹੇ ਆ, ਇਹ ਤਾਂ ਇਹ ਗੱਲਾਂ ਬਾਤਾਂ ਤਾਂ ਅਸੀਂ ਪਹਿਲਾਂ ਵੀ ਸਟੇਜਾਂ ਤੋਂ ਮੰਚਾਂ ਤੋਂ ਜਿਹੜੀਆਂ ਹੈਗੀਆਂ ਆਲਰੇਡੀ ਬਾਕੀ ਜਿਹੜੇ ਪਹਿਲਾਂ ਲੀਡਰ ਅਸੀਂ ਸੁਣਦੇ ਆ ਉਹ ਇਹੀ ਭਾਸ਼ਾ, ਇਹੀ ਸ਼ਬਦ ਉਹਨਾਂ ਦੇ ਪਹਿਲਾਂ ਤੋਂ ਇਹੀ ਨੇ। ਕਿਹੜੇ ਸ਼ਬਦ? ਕਿ ਪੰਜਾਬ ਨੂੰ ਦੂਜੀ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਇਹਨਾਂ ਦੀ ਸੋਚ ਤੋੜਨ ਦੀ ਹੈ, ਅਸੀਂ ਪੰਜਾਬ ਨੂੰ ਇਕੱਠਾ ਲੈ ਕੇ ਚੱਲਣਾ, ਅਸੀਂ ਦੇਸ਼ ਨੂੰ ਇਕੱਠਾ ਕਰਨਾ। ਫਿਰ ਤੁਹਾਨੂੰ, ਤੁਹਾਡੀ ਤੇ ਉਹਨਾਂ ਦੀ ਸੋਚ, ਕਿਉਂਕਿ ਉਹ ਵੀ ਤਾਂ ਦਾਅਵਾ ਇਹੀ ਕਰਦੇ ਆ ਨਾ, ਦਾਅਵਾ ਤੁਸੀਂ ਵੀ ਕਰ ਰਹੇ ਹੋ, ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਹਾਡੇ ਦਾਅਵੇ ਚ ਦਮ ਹੈ? ਹਾਂਜੀ, ਬੜਾ ਵਧੀਆ ਕੁਐਸਚਨ ਹੈ ਤੁਹਾਡਾ। ਕਹਿਣੀ ਤੇ ਕਰਨੀ ਚ ਬਹੁਤ ਫਰਕ ਹੁੰਦਾ ਹੈ, ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ, ਕਹਿਣੀ ਤੇ ਕਰਨੀ ਚ ਬਹੁਤ ਫਰਕ ਹੁੰਦਾ ਆ। ਇੱਕ ਚੀਜ਼ ਕਹਿ ਦੇਣੀ, ਇੱਕ ਚੀਜ਼ ਕਰਨੀ। ਅੱਜ ਅਸੀਂ ਕਹਿ ਦਿੰਦੇ ਹਾਂ ਕਿ ਜੀ ਉਹ ਪੰਥਕ ਪਾਰਟੀ ਏ, ਉਹ ਉਸ ਘਰਾਣੇ ਦੀ ਪਾਰਟੀ ਏ, ਉਹ ਇਸ ਪਰਿਵਾਰ ਦੀ ਪਾਰਟੀ ਏ, ਉਹ ਉਸ ਇੱਕ ਪਰਿਵਾਰ ਦੀ ਪਾਰਟੀ ਏ, ਉਹ ਇੱਕ ਆਈਡੀਓਲੋਜੀ ਦੀ ਪਾਰਟੀ ਏ, ਪਰ ਕਿਸੇ ਖਿੱਤੇ ਦੀ ਪਾਰਟੀ ਕੋਈ ਨਹੀਂ ਹੈਗੀ। ਜੇ ਕੋਈ ਹੈਗੀ ਆ ਤਾਂ ਮੈਨੂੰ ਪਲੀਜ਼ ਦੱਸ ਦਿਓ। ਇਹ ਪਾਰਟੀ ਅੱਜ ਪੰਜਾਬ ਦਾ ਨਾਮ ਹਿੰਦੁਸਤਾਨ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉਹ ਕਿਸੇ ਵੀ ਤਦਾ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤੇ ਜਦੋਂ ਉਹ ਚੀਜ਼ਾਂ ਅਸੀਂ ਦੇਖਦੇ ਹਾਂ, ਫਿਰ ਕਿਤੇ ਨਾ ਕਿਤੇ ਸਾਡਾ ਪੰਜਾਬ, ਸਾਂਝਾ ਪੰਜਾਬ ਸਾਨੂੰ ਖੜਾ ਕਰਨ ਦੀ ਲੋੜ ਪੈ ਗਈ। ਸਾਡਾ ਪੰਜਾਬ ਸਾਂਝਾ ਪੰਜਾਬ ਤੋਂ ਭਾਵ ਅਸੀਂ ਕੀ ਸਮਝੀਏ, ਇਸੇ ਪੰਜਾਬ ਦੀ ਗੱਲ ਕਰ ਰਹੇ ਹੋ ਤੁਸੀਂ ਜਾਂ ਸਾਂਝੇ ਪੰਜਾਬ ਦੇ ਕੁਝ ਹੋਰ ਮਾਇਨੇ ਨੇ? ਜੀ ਡੈਫੀਨੇਟਲੀ ਵੀ ਆਰ ਆਈ ਐਮ ਟਾਕਿੰਗ ਅਬਾਊਟ ਦੀ ਯੂਨਾਈਟਿਡ ਪੰਜਾਬ। ਪੰਜਾਬ ਕੱਲਾ ਅੱਜ ਜੇ ਇਸ ਨੂੰ ਕੁੱਜੇ ਚ ਪਾ ਕੇ ਸੁੱਟਦਾ ਹੈ ਤਾਂ ਦੈਟ ਇਜ਼ ਨਾਟ ਕਾਲਡ ਅ ਪੰਜਾਬ। ਯੂਨਾਈਟਿਡ ਵੀ ਕਿੱਥੋਂ ਤੱਕ ਤੁਸੀਂ ਜਾ ਰਹੇ ਹੋ, ਕਿਉਂਕਿ ਪੰਜਾਬ ਦੇ ਤਾਂ ਹਿੱਸੇ 47 ਵੇਲੇ ਤੋਂ ਹੁੰਦੇ ਆਏ। ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ, ਤੇ ਜੇ ਅਸੀਂ ਕੀ ਕਹਿੰਦੇ ਨੇ ਕਿ ਸੋਚ ਕੇ ਤੁਰਾਂਗੇ ਕਿ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਕਿਤੇ ਸ਼ਾਇਦ ਮੁੜ ਇਕੱਠਾ ਹੋ ਜਾਵੇ,
ਲਾਹੌਰ ਤੱਕ ਦੀ ਗੱਲ ਕਰਦੇ ਹੋ? ਡੈਫੀਨੇਟਲੀ ਲਾਹੌਰ ਤੱਕ ਵੀ ਜੇ ਸਾਥ ਜਨਤਾ ਚਾਹੇਗੀ ਤੇ ਲਾਹੌਰ ਤੱਕ ਵੀ ਕੁਛ ਕਰਾਂਗੇ, ਪਰ ਇਹ ਰਸਤਾ ਇਹ ਪੈਂਡਾ ਜਿਹੜਾ ਹੈਗਾ ਤੈਅ ਕਿਵੇਂ ਹੋਣਾ? ਕਿਉਂਕਿ ਸਿਆਸਤ ਦੀ ਤੁਸੀਂ ਗੱਲ ਕੀਤੀ ਹੈ ਤਾਂ ਸਿਆਸਤ ਪੰਜਾਬ ਦੇ ਵਿੱਚ ਸਿਆਸਤ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ, ਇਹਨੂੰ ਸਰਹੱਦ ਪਾਰ ਪੰਜਾਬ ਦੀ ਸਿਆਸਤ ਨੂੰ ਲਿਜਾਣ ਦਾ ਇਹ ਸੋਚ ਔਰ ਏਜੰਡਾ ਦੋਨੇ ਚੀਜ਼ਾਂ ਵੱਖ ਵੱਖ ਨੇ। ਨਹੀਂ, ਉਹ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੱਤਾ ਸੀਗਾ, ਬਟ ਬੇਸਿਕਲੀ ਸਾਡਾ ਅੱਜ ਦੇ ਪੰਜਾਬ ਨੂੰ ਜਿਹੜਾ ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਮੂੰਹ ਭਾਰ ਡਿੱਗਿਆ ਪੰਜਾਬ ਹੈ ਸਾਡਾ, ਸ਼ੁਰੂਆਤ ਤੇ ਏਜੰਡਾ ਇਹ ਹੈ ਪਹਿਲਾਂ ਅਸੀਂ ਇਸ ਪੰਜਾਬ ਨੂੰ ਖੜਾ ਕਰਨਾ ਆ, ਅਸੀਂ ਡਾਂਗਾ ਸੋਟਿਆਂ ਦੇ ਹਥਿਆਰਾਂ ਦੇ ਸਿਰ ਤੇ ਖੜਾ ਨਹੀਂ ਕਰਨਾ, ਐਜੂਕੇਸ਼ਨ ਦੇ ਸਿਰ ਤੇ ਖੜਾ ਕਰਨਾ ਆ, ਐਸਾ ਖੜਾ ਕਰਨਾ ਹੈ ਕਿ ਚਾਹ ਕੇ ਵੀ ਕੋਈ ਇਸ ਪੰਜਾਬ ਨੂੰ ਥੱਲੇ ਨਾ ਸੁੱਟ ਸਕੇ। ਅੱਛਾ, ਕੀ ਏਜੰਡਾ ਕੀ ਰਹੇਗਾ ਤੁਹਾਡਾ? ਮੁੱਖ ਤੌਰ ਤੇ ਇਹ ਹੁੰਦਾ ਕਿ ਹਰ ਬੰਦਾ ਕਿਸੇ ਸੋਚ ਨਾਲ ਚੱਲਦਾ, ਪੰਜਾਬ ਦੇ ਜਿਹੜੇ ਤੁਸੀਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਹੋ, ਉਹ ਨੌਜਵਾਨ ਤੁਹਾਡੇ ਚ ਕੀ ਵੇਖਣ, ਕਿਸ ਏਜੰਡੇ ਦੇ ਤਹਿਤ ਤੁਹਾਨੂੰ ਲੱਗਦਾ ਕਿ ਤੁਸੀਂ ਸਭ ਨੂੰ ਨਾਲ ਲੈ ਕੇ ਇਸ ਪਾਰਟੀ ਨੂੰ ਖੜਾ ਕਰ ਸਕਦੇ ਹੋ ਤੇ ਲੋਕਾਂ ਦੇ ਵਿੱਚ ਵੱਖਰੀ ਥਾਂ ਆਪਦੀ ਬਣਾ ਸਕਦੇ ਹੋ? ਪਹਿਲੀ ਗੱਲ ਤੇ ਇਹ ਕਿ ਮੇਰਾ ਵੀਰ, ਮੈਂ ਇਕੱਲਾ ਕੁਝ ਵੀ ਨਹੀਂ, ਇਕੱਲਾ ਕਿਸੇ ਜੋਗਾ ਨਹੀਂ, ਪੰਜਾਬ ਦਾ ਨੌਜਵਾਨ ਸਾਥ ਦੇਗਾ, ਪੰਜਾਬ ਦੀ ਆਉਣ ਵਾਲੀ ਪੀੜ੍ਹੀ, ਜਵਾਨੀ ਪੀੜ੍ਹੀ ਜਾਂ ਬਜ਼ੁਰਗਾਂ ਦਾ ਆਸ਼ੀਰਵਾਦ ਇਸ ਗਰੀਬ ਦੇ ਸਿਰ ਤੇ ਹੋਏਗਾ। ਡੈਫੀਨੇਟਲੀ ਬਹੁਤ ਸਾਰੇ ਮੁੱਦੇ ਨੇ, ਜੇ ਆਪਾਂ ਪੰਜਾਬ ਦੇ ਮੁੱਦਿਆਂ ਦੇ ਜਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਸਕੀਏ ਤਾਂ ਸ਼ਾਇਦ ਇੱਕ ਹਫ਼ਤਾ ਵੀ ਛੋਟਾ ਪੈ ਜੇ। ਅਸੀਂ ਜੋ ਪੰਜਾਬ ਦੀ ਗੱਲ ਕਰ ਰਹੇ ਹਾਂ, ਅੱਜ ਸਾਡੇ ਕੋਲ ਕੁਝ ਵੀ ਨਹੀਂ ਹੈਗਾ, ਅੱਜ ਪੰਜਾਬ ਦੇ ਕੋਲ ਨਥਿੰਗ, ਕੁਝ ਵੀ ਨਹੀਂ ਸਾਡੇ ਕੋਲ, ਨਾ ਸਾਡੇ ਕੋਲ ਪਾਣੀ ਰਹਿ ਗਿਆ, ਨਾ ਜ਼ਮੀਨਾਂ ਰਹਿ ਗਈਆਂ, ਨਾ ਜਵਾਨੀ ਰਹਿ ਗਈ, ਨਾ ਐਜੂਕੇਸ਼ਨ ਸਿਸਟਮ ਰਹਿ ਗਿਆ, ਨਾ ਹੈਲਥ ਸਿਸਟਮ ਰਹਿ ਗਿਆ, ਅਸੀਂ ਟੋਟਲੀ ਤੌਰ ਤੇ ਕੋਲੈਪਸ ਕਰ ਚੁੱਕੇ ਹਾਂ। ਮੁੜ ਪੰਜਾਬ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ, ਉਹਨਾਂ ਨੂੰ ਬੂਰ ਪਾਉਣਾ, ਉਹਨਾਂ ਨੂੰ ਪਾਣੀ ਪਾਉਣਾ, ਕਿਤੇ ਨਾ ਕਿਤੇ ਇਹ ਪਾਰਟੀ ਉਸ ਚੀਜ਼ ਦਾ ਕੰਮ ਕਰੇਗੀ। ਅੱਛਾ, ਸੁਖਦੇਵ ਸਿੰਘ ਨੂੰ ਕੀ ਲੱਗਦਾ ਕਿ ਪੰਜਾਬ ਐਕਸਪੈਰੀਮੈਂਟ ਕਰਨ ਦੇ ਵਿੱਚ ਸਭ ਤੋਂ ਮੋਰੀ ਹੈ? ਪੰਜਾਬ ਨੇ ਜਿੰਨੇ ਤਜਰਬੇ ਕੀਤੇ ਮੈਨੂੰ ਲੱਗਦਾ ਸ਼ਾਇਦ ਹੋਰ ਸੂਬਿਆਂ ਨੇ ਨਹੀਂ ਕੀਤੇ ਹੋਣੇ। ਹੁਣ ਇੱਕ ਨਵੀਂ ਪਾਰਟੀ ਜੇ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਉਹ ਠੀਕ ਠਾਕ ਅਸੀਂ ਦੇਖੇ ਆ ਹਾਲਾਤ ਬਦਲਦੇ, ਕੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਤੁਹਾਨੂੰ ਲੱਗਦਾ ਕਿ ਜੇ ਲੋਕਾਂ ਨੇ ਪਹਿਲਾਂ ਐਕਸਪੈਰੀਮੈਂਟ ਕੀਤਾ ਤਾਂ ਇਹ ਐਕਸਪੈਰੀਮੈਂਟ ਸ਼ਾਇਦ ਤੁਸੀਂ ਵੀ ਉਹਦਾ ਹਿੱਸਾ ਹੋ ਸਕਦੇ ਹੋ? ਨਹੀਂ, ਤੁਸੀਂ, ਮੈਂ ਐਕਸਪੈਰੀਮੈਂਟ ਵੇਖ ਕੇ ਪਾਰਟੀ ਨਹੀਂ ਖੜੀ ਕੀਤੀ, ਮੈਂ ਪੰਜਾਬ ਦੇ ਹਾਲਾਤ ਵੇਖ ਕੇ ਪਾਰਟੀ ਖੜੀ ਕੀਤੀ। ਅੱਜ ਜੇ ਭਗਵੰਤ ਮਾਨ ਜੀ ਪਹਿਲੇ ਦੋਵਾਂ ਸਾਲਾਂ ਦੇ ਵਿੱਚ ਆਪਣੇ ਆਪ ਨੂੰ ਸ਼ਾਈਨ ਕਰਦੇ ਤਾਂ ਸ਼ਾਇਦ ਆਹ ਪਾਰਟੀ ਖੜੀ ਨਾ ਹੁੰਦੀ। ਕਿਤੇ ਨਾ ਕਿਤੇ ਇਹ ਸ਼੍ਰੇ ਉਹਨਾਂ ਨੂੰ ਵੀ ਜਾਂਦਾ ਹੈ ਜੇ ਜਿਹੜਾ ਅੱਜ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਜਾਂ ਪੰਜਾਬ ਦੇ ਹੱਕਾਂ ਦੀ ਜਾਂ ਪੰਜਾਬ ਦੀ ਵੈਲਥ ਦੀ ਫਿਕਰ ਹੀ ਨਹੀਂ ਕੀਤੀ, ਤੇ ਅੱਜ ਜੇ ਪਾਰਟੀ ਖੜੀ ਹੋਈ ਹੈ ਕਿਤੇ ਨਾ ਕਿਤੇ ਉਹਨਾਂ ਦੀ ਨਾਕਾਮੀਆਂ ਕਰਕੇ ਖੜੀ ਹੋਈ ਹੈ। ਅੱਛਾ, ਸ਼ੁਰੂਆਤ ਕਿੱਥੋਂ ਕਰਨ ਜਾ ਰਹੇ ਹੋ? ਪਾਰਟੀ ਦਾ ਤੁਸੀਂ ਐਲਾਨ ਕਰ ਦਿੱਤਾ, ਕਿਹੜੀਆਂ ਚੋਣਾਂ ਦੇ ਵਿੱਚ ਤੁਹਾਡੀ ਸ਼ੁਰੂਆਤ ਹੋਏਗੀ, ਕਿੱਥੋਂ ਜਿਹੜਾ ਹੈਗਾ ਜਿੱਦਾਂ ਕਹਿੰਦੇ ਨਾ ਕਿ ਬਿਗਲੋ ਵਜਾ ਦੇਵੋਗੇ? ਡੈਫੀਨੇਟਲੀ ਅਸੀਂ ਆਉਣ ਵਾਲੇ ਟਾਈਮ ਚ ਪੰਜਾਬ ਦੇ ਕਾਫੀ ਨਾਮੀ ਜਿਹੜੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਇੰਟਰੋਡਿਊਸ ਕਰਾਵਾਂਗੇ ਤੁਹਾਡੇ ਨਾਲ, ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਕਮਿਟ ਨਹੀਂ ਕਰਦਾ ਕਿ ਅਸੀਂ ਸਾਰੀ 13 ਦੀਆਂ 13 ਸੀਟਾਂ ਤੇ ਸਾਡੀ ਪਾਰਟੀ ਖੜੀ ਹੋਵੇਗੀ। ਡੈਫੀਨੇਟਲੀ ਅਸੀਂ ਚਿਹਰੇ ਇੰਟਰੋਡਿਊਸ ਕਰਾਵਾਂਗੇ, ਚਾਹੇ 4 ਸੀਟਾਂ ਹੋਣ ਚਾਹੇ 5 ਸੀਟਾਂ ਹੋਣ, ਉਸ ਤੇ ਅਸੀਂ ਜ਼ਰੂਰ ਲੈਣਾਂਗੇ ਹਾਂ, ਬਟ ਆਉਣ ਵਾਲੀ ਆ ਲੋਕ ਸਭਾ ਸੋਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਡੀ ਪਾਰਟੀ 117 ਦੀਆਂ 17 ਸੀਟਾਂ ਦੇ ਲੜੇਗੀ, ਚਾਹੇ ਜਿੱਤਣ ਚਾਹੇ ਹਾਰ, ਦੈਟਸ ਨੋਟ ਆਵਰ ਟਾਸਕ। ਕਿ ਹਾਂ, ਇੱਕ ਪੰਜਾਬ ਨੂੰ, ਇੱਕ ਮੁੱਦਿਆਂ ਨੂੰ ਅੱਗੇ ਲੈ ਕੇ, ਇੱਕ ਪੰਜਾਬੀਅਤ ਨੂੰ ਅੱਗੇ ਲੈ ਕੇ, ਇੱਕ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਅੱਗੇ ਲੈ ਕੇ ਆਪਾਂ ਜੁੜ ਆਵਾਂਗੇ। ਲੋਕ ਸਭਾ ਚੋਣਾਂ ਪਹਿਲਾ ਟਾਰਗੇਟ ਆ ਤੁਹਾਡਾ, ਇਸ ਵੇਲੇ ਟੀਮ ਤੁਹਾਡੀ ਕਿੱਥੋਂ ਤੱਕ ਪਹੁੰਚ ਗਈ ਹੈ, ਤੁਸੀਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਹੋ, ਔਰ ਟੀਮ ਇਸ ਵੇਲੇ ਕਿੱਥੇ ਸਟੈਂਡ ਕਰਦੀ ਹੈ? ਕੋਈ ਵੱਡਾ ਚਿਹਰਾ ਪਹਿਲਾਂ ਤੋਂ ਕੋਈ ਸਿਆਸਤ ਨਾਲ ਜੁੜਿਆ ਹੋਇਆ ਜਾਂ ਫਿਰ ਨਰੋਲ ਨਵੇਂ ਚਿਹਰੇ? ਨਹੀਂ ਜੀ, ਨਹੀਂ, ਕੋਈ ਵੀ ਜਿਹੜੇ ਸਾਡੀ ਪੰਜਾਬੀ ਲੈਂਗੁਏਜ ਆ ਕੇ ਜੀ ਪਾਰਟੀ ਤੋਂ ਸੇਕਿਆ ਹੋਇਆ, ਕੱਢਿਆ ਹੋਇਆ ਲੀਡਰ, ਕਰਪਟ ਲੀਡਰ,
ਇਸ ਤਰ੍ਹਾਂ ਦਾ ਕੋਈ ਵੀ ਅਸੀਂ ਪਾਰਟੀ 'ਚ ਇੰਟਰੋਡਿਊਸ ਨਹੀਂ ਕਰਾਵਾਂਗੇ, ਚਾਹੇ ਮੈਨੂੰ ਇੱਕ ਭਾਵੇਂ ਦਿਹਾੜੀਦਾਰ ਮੁੰਡਾ ਹੋਵੇ, ਗ੍ਰੈਜੂਏਟ ਹੋਵੇ, ਪੜ੍ਹਿਆ ਲਿਖਿਆ ਸੂਝਵਾਨ ਸਮਝਦਾਰ ਹੋਵੇ, ਚਾਹੇ ਉਸਨੂੰ ਖੜਾ ਕਰਨ ਲਈ ਸਾਨੂੰ 2 ਸਾਲ ਲੱਗ ਜਾਣ, 5 ਸਾਲ ਲੱਗ ਜਾਣ, ਇਹ ਅੱਜ ਤੇ ਹੈ ਨਹੀਂ। ਅੱਜ ਪਾਰਟੀ ਖੜੀ ਕੀਤੀ ਹੈ ਤੇ ਸਵੇਰੇ ਅਸੀਂ ਪਾਵਰ 'ਚ ਆ ਗਏ। ਹਾਂ, ਪਹਿਲਾਂ ਯੂਥ ਨੂੰ ਅੱਗੇ ਲੈ ਕੇ ਆਉਣਾ, ਸੂਝਵਾਨ ਤੁਹਾਡੇ ਵਰਗੇ ਚਿਹਰੇ ਅੱਗੇ ਲੈ ਕੇ ਆਉਣੇ, ਤੁਹਾਡੇ ਵਰਗੀ ਜਨਰੇਸ਼ਨ ਜਿਸ ਤਰ੍ਹਾਂ ਦੀ, ਉਹਨਾਂ ਨੂੰ ਅੱਗੇ ਲੈ ਕੇ ਆਉਣਾ, ਸਟੈਪ ਬਾਏ ਸਟੈਪ ਉਹਨਾਂ ਨੂੰ ਇਸ ਚੀਜ਼ਾਂ ਲਈ ਤਿਆਰ ਕਰਨਾ। ਰਾਜਨੀਤੀ ਦੇ ਵਿੱਚ ਸਰਗਰਮ ਕੋਈ ਵੀ ਆਗੂ ਤੁਹਾਡੀ ਪਾਰਟੀ ਦਾ ਮੈਂਬਰ ਨਹੀਂ ਹੋਏਗਾ, ਕਲੀਅਰ? ਬਿਲਕੁਲ ਜੀ, ਬਿਲਕੁਲ। ਕੋਈ ਵੀ ਦੂਜੀਆਂ ਪਾਰਟੀਆਂ ਦੇ ਲੀਡਰ ਸਾਡੀ ਪਾਰਟੀ ਦੇ ਵਿੱਚ ਹੁਣ ਵੀ ਤੇ ਅੱਗੇ ਵੀ ਕੋਈ ਵੀ ਹੋਣਗੇ, ਹਾਂ ਉਹ ਲੀਡਰ ਹੋਣਗੇ ਜਿਹੜੇ ਮੀਡੀਆ 'ਚ ਆਣ ਕੇ ਕਹਿਣਗੇ ਹਾਂ ਮੈਂ ਪੰਜਾਬ ਨੂੰ ਇੰਨਾ ਲੁੱਟਿਆ ਤੇ ਇੰਨਾ ਕੁੱਟਿਆ ਤੇ ਅੱਜ ਮੈਂ ਆ ਪਾਰਟੀ ਜੁਆਇਨ ਕਰਾਂਗਾ। ਜਿਹੜਾ ਆਪਦੀਆਂ ਭੁੱਲਾਂ ਬਖਸ਼ਾਲੇ ਆ ਗਿਆ, ਭੁੱਲਾਂ ਮੰਨ ਲੈ ਤੇ ਬਖਸ਼ਾਲੇ ਉਹਨੂੰ ਲੈ ਲੂੰਗੇ। ਡੈਫੀਨੇਟਲੀ ਡੈਫੀਨੇਟਲੀ, ਉਹਦਾ ਮੋਸਟ ਵੈਲਕਮ ਆ। ਜਿਹੜਾ ਇਨੋਸੈਂਟ ਹੋ ਕੇ, ਓਨੈਸਟਲੀ ਹੋ ਕੇ ਕਵੇ ਕਿ ਹਾਂ ਮੈਂ ਯਾਰ ਪੰਜਾਬ ਨਾਲ ਧੋਖਾ ਕੀਤਾ ਆ, ਇੱਕ ਵਾਰੀ ਆਪਣੀ ਪਾਰਟੀ 'ਚ ਲੈ ਕੇ ਮੈਨੂੰ ਮੌਕਾ ਦੇ ਕੇ ਦੇਖੋ, ਤਾਂ ਡੈਫੀਨੇਟਲੀ ਅਸੀਂ ਉਹਨੂੰ, ਇਹ ਨਾ ਹੋਵੇ ਤੁਹਾਡੀ ਪਾਰਟੀ ਸਟੈਂਡ ਕਰ ਜੇ ਤੇ ਮੁੜ ਕੇ ਲੈਣ ਲੱਗ ਜੇ ਵੀ ਅਸੀਂ ਮੰਨਣ ਨੂੰ ਤਿਆਰ ਆ ਜੀ, ਅਸੀਂ ਬਹੁਤ ਭੁੱਲਾਂ ਕਰ ਲਈਆਂ, ਭੁੱਲਾਂ ਬਖਸ਼ਾ ਬਖਸ਼ਾ ਕੇ ਉਹੀ ਮੁੜ ਕੇ ਢੇਰੀ ਤੁਹਾਡੇ ਵਾਲੇ ਪਾਸੇ ਲੱਗ ਜੇ? ਨਹੀਂ ਜੀ, ਨਹੀਂ ਨਹੀਂ, ਇਸ ਤਰ੍ਹਾਂ ਦਾ ਵੀ ਨਹੀਂ ਕਿ ਕੁਝ ਕੁ ਸਾਡੀ ਲਿਸਟ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਨੋਟ ਐਟ ਆਲ ਕਿ ਸਾਡੀ ਲਿਸਟ ਦੇ ਵਿੱਚ ਉਹਨਾਂ ਦੀ ਐਂਟਰੀ ਬਿਲਕੁਲ ਵੀ ਨਹੀਂ ਹੋਏਗੀ। ਉਹ ਕਿਹੜੇ ਕਿਹੜੇ ਕੋਈ ਪੰਚਰ ਚਿਹਰੇ ਦੱਸ ਦਿਓ। ਨਹੀਂ, ਉਹ ਤੁਸੀਂ ਆਈ ਥਿੰਕ ਸੋ ਪੰਜਾਬ ਦੀ ਜਨਤਾ ਬਿਹਤਰ ਜਾਣਦੀ ਉਹਨਾਂ ਨੂੰ ਕਿ ਉਹਨਾਂ ਦੇ ਨਾਮ ਤੇ ਬੱਚਿਆਂ ਦੇ ਟਿਪਸ ਦੇ ਉੱਤੇ ਨੇ, ਤੇ ਡੈਫੀਨੇਟਲੀ ਮੇਰੇ ਵਰਗਿਆਂ ਨੂੰ ਨਹੀਂ ਪਤਾ ਹੋਣਾ। ਕੋਈ 2-4 ਨਾਂ ਇੰਟਰੋਡਿਊਸ ਕਰਾ ਦਿਓ, ਦੱਸ ਦਿਓ ਕਿਹੜੇ ਕਿਹੜੇ ਤੁਹਾਡੀ ਪਾਰਟੀ ਦੇ ਵਿੱਚ ਹਿੱਸਾ ਬਣ ਹੀ ਨਹੀਂ ਸਕਦੇ। ਨਹੀਂ, ਉਹ ਆਉਣ ਵਾਲੇ ਸਮੇਂ ਡੈਫੀਨੇਟਲੀ ਜਦੋਂ ਆਏਗਾ ਤੁਹਾਨੂੰ ਜ਼ਰੂਰ ਉਹਨਾਂ ਬਾਰੇ ਵੀ ਦੱਸਾਂਗੇ। ਹਾਂਜੀ, ਤੇ ਇਹ ਚੁਣੌਤੀਆਂ ਕਾਫੀ ਨੇ ਸਾਹਮਣੇ, ਵੱਡੀਆਂ ਪਾਰਟੀਆਂ ਨੇ ਤੇ ਉਹਦੇ ਤੇ ਬੇਸ਼ੱਕ ਜਿੰਨੀ ਵੱਡੀ ਮਰਜ਼ੀ ਇਮਾਨਦਾਰੀ ਦੀ ਆਪਾਂ ਗੱਲ ਕਰੀਏ ਪਰ ਖਰਚੇ ਖੁਰਚੇ ਬੜੇ ਆਉਂਦੇ ਆ। ਇਹ ਇੱਕ ਚੋਣਾਂ ਲੜਨੀਆਂ ਵੀ ਇੱਕ ਵੱਡੇ ਬਜਟ ਵਾਲਾ ਕੰਮ ਹੈ, ਤਾਂ ਕਿਵੇਂ ਇਹ ਚੁਣੌਤੀਆਂ ਦਾ ਸਾਹਮਣਾ ਕਰੋਗੇ? ਕੀ ਕੋਈ ਇਸ ਵੇਲੇ ਪਿੱਠ ਤੇ ਖੜਨ ਨੂੰ ਤਿਆਰ ਹੈ? ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਮੈਨੇਜ ਕਰਨ ਲਈ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੇ ਲੋਕ ਜੁੜ ਰਹੇ ਨੇ ਜਾਂ ਜੁੜਨਗੇ? ਹਾਂ ਜੀ, ਰਹੀ ਗੱਲ ਤੁਸੀਂ ਕਹਿ ਰਹੇ ਹੋ ਆਰਥਿਕ ਤੌਰ ਤੇ, ਜਦੋਂ ਪੰਜਾਬ ਦੀ ਗੱਲ ਆ ਗਈ ਤੇ ਫਿਰ ਆਰਥਿਕਤਾ ਨਹੀਂ ਦੇਖੀ ਜਾਂਦੀ, ਜਦੋਂ ਪੰਜਾਬ ਨੂੰ ਬਚਾਉਣ ਦੀ ਗੱਲ ਆ ਗਈ ਫਿਰ ਆਪਣਾ ਆਪ ਨਹੀਂ ਦੇਖਿਆ ਜਾਂਦਾ। ਤੇ ਅੱਜ ਜਿਸ ਹਾਲਾਤਾਂ 'ਚ ਪੰਜਾਬ ਆ, ਅਸੀਂ ਬਿਹਤਰ ਜਾਣਦੇ ਹਾਂ, ਜਿਹੜੇ ਸਾਡੇ ਵੀਰ ਬਾਹਰ ਬੈਠੇ ਨੇ ਉਹ ਬਿਹਤਰ ਜਾਣਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਜਦੋਂ ਅਸੀਂ ਸਾਡੀ ਪਾਰਟੀ ਨੇ ਨਾ ਤੇ ਸ਼ਰਾਬਾਂ ਵੰਡਣੀਆਂ ਨੇ ਤੇ ਨਾ ਹੀ ਨਸ਼ਾ ਵੰਡਣਾ ਆ, ਨਾ ਹੀ ਕਿਸੇ ਨੂੰ ਚਿੱਟੇ ਦੀਆਂ ਪੁੜੀਆਂ ਦੇ ਕੇ ਆਉਣੀਆਂ ਨੇ ਕਿ ਜੀ ਸਾਨੂੰ ਵੋਟ ਪਾ ਦੀ, ਚਾਹੇ ਸਾਨੂੰ 1 ਵੋਟ ਪਏ ਚਾਹੇ ਸਾਨੂੰ 10 ਵੋਟਾਂ ਪੈਣ ਪਰ ਇਮਾਨਦਾਰੀ ਦੀਆਂ ਅੱਜ ਸਮਾਂ ਲੱਗੇ, ਚਾਹੇ 10 ਸਾਲ ਲੱਗ ਜਾਣ ਚਾਹੇ 20 ਸਾਲ ਲੱਗ ਜਾਣ, ਲੋਕਾਂ ਨੂੰ ਸਮਝਣ 'ਚ ਬੇਸ਼ੱਕ ਥੋੜਾ ਸਮਾਂ ਲੱਗ ਜੇ, ਬਟ ਡੈਫੀਨੇਟਲੀ ਆਉਣ ਵਾਲਾ ਜਿਹੜਾ ਸਮਾਂ ਆ ਸਾਡਾ ਪੰਜਾਬ ਤੇ ਸਾਂਝੇ ਪੰਜਾਬ ਦਾ ਸਮਾਂ। ਆਖਰੀ ਸੁਨੇਹਾ ਲੋਕਾਂ ਦੇ ਨਾਮ ਕਿ ਲੋਕ ਤੁਹਾਡੇ ਤੋਂ ਕੀ ਉਮੀਦ ਕਰਨ, ਕਿਹੜੇ ਸੁਨੇਹੇ ਨਾਲ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਡੇ ਨਾਲ ਜੁੜਨਗੇ? ਮੈਂ ਪੂਰੇ ਪੰਜਾਬ ਤੇ ਪੰਜਾਬੀਅਤ ਨੂੰ, ਆਪਣੇ ਜਿਹੜੇ ਵੀ ਪੰਜਾਬੀ ਸਾਡੇ ਇੱਥੇ ਜਾਂ ਵਿਦੇਸ਼ਾਂ 'ਚ ਵੱਸਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਇਸ ਪੰਜਾਬ ਦਾ ਹਿੱਸਾ ਬਣੋ, ਇਸ ਪੰਜਾਬ ਤੇ ਪੰਜਾਬੀਅਤ ਦਾ ਹਿੱਸਾ ਬਣੋ। ਜਿਹੜਾ ਪੰਜਾਬ ਦੱਬਿਆ ਤੇ ਕੁਚਲਿਆ ਗਿਆ ਆ ਜਾਂ ਕੁਚਲਿਆ ਜਾ ਰਿਹਾ ਆ, ਉਸ ਨੂੰ ਪੈਰਾਂ ਹੇਠੋਂ ਸਾਨੂੰ ਕੱਢ ਕੇ ਖੜਾ ਕਰਨ ਦੀ ਲੋੜ ਆ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਤੁਸੀਂ ਸਾਥ ਦਿਓ, ਨੌਜਵਾਨੀ ਸਾਥ ਦੇਵੇ, ਪੰਜਾਬ ਤੇ ਪੰਜਾਬੀਅਤ ਸਾਥ ਦੇਵੇ, ਤਾਂ ਜੋ ਮੈਂ ਇਸ ਪੰਜਾਬ ਨੂੰ ਦਲਦਲ 'ਚੋਂ ਕੱਢ ਸਕਾਂ। ਤਾਂ ਇਹ ਸੁਖਦੇਵ ਸਿੰਘ ਹੋਰੀ ਨੇ, ਸਾਡਾ ਪੰਜਾਬ ਸਾਂਝਾ ਪੰਜਾਬ ਨਾਮ ਦੀ ਇੱਕ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆਂਦੀ ਹੈ ਔਰ ਦਾਅਵਾ ਕਰਦੇ ਨੇ ਕਿ ਇਸ ਤੋਂ ਪਹਿਲਾਂ ਬੜਾ ਕੁਝ ਲੋਕਾਂ ਨੇ ਬਦਲਣ ਦੀ ਕੋਸ਼ਿਸ਼ ਕੀਤੀ ਪਰ ਹੁਣ ਲੋਕਾਂ ਦੇ ਹੱਕਾਂ ਲਈ, ਲੋਕਾਂ ਦੇ ਹਿੱਤਾਂ ਲਈ ਅਸੀਂ ਖੜਾਂਗੇ, ਅਸੀਂ ਡਟਾਂਗੇ। ਫਿਲਹਾਲ ਦੇਖਦੇ ਹਾਂ ਭਵਿੱਖ ਦੇ ਵਿੱਚ ਕੀ ਹੁੰਦਾ। ਸਿਆਸਤ ਹੈ,
ਇਹ ਕਿਸ ਤਰ੍ਹਾਂ ਦੀ ਸਿਆਸਤ ਹੋਵੇਗੀ ਸਮਾਂ ਦੱਸੇਗਾ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।